ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੱਡੇ ਪ੍ਰੋਜੈਕਟ ਜਿਸ ਦੀ ਕੀਮਤ 5.50 ਕਰੋੜ ਰੁਪਏ ਦੀ ਲਾਗਤ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਸੁਖਬੀਰ ਬਾਦਲ ਤੇ ਸ਼ਬਦੀ ਹਮਲੇ ਕੀਤੇ। ਸੁਖਬੀਰ ਬਾਦਲ ਵੱਲੋਂ ਕਾਨਫਰੰਸ ਦੇ ਜ਼ਰੀਏ ਕਿਹਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਨਰਿੰਦਰ ਮੋਦੀ ਦੋਵੇਂ ਰਲ ਕੇ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ, ਜਿਸ ਦੇ ਪਲਟਵਾਰ ਕਰਦਿਆਂ ਧਰਮਸੋਤ ਨੇ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਇਹਨਾਂ ਦੀ ਸਰਕਾਰ ਨੇ ਹੀ ਕੈਬਨਿਟ ਦੇ ਵਿੱਚ ਬੈਠ ਕੇ ਇਹ ਮਤਾ ਪਾਸ ਕਰਵਾਇਆ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਅਸੈਂਬਲੀ ਵਿੱਚ ਇਸ ਮਤੇ ਨੂੰ ਰਿਜੈਕਟ ਕੀਤਾ ਸੀ। ਦੂਜੇ ਪਾਸੇ ਸੁਖਬੀਰ ਬਾਦਲ ਆਪਣੇ ਵਿਧਾਇਕਾਂ ਦੇ ਨਾਲ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਸੀ। ਸੰਸਦ ਮੈਂਬਰ ਹੇਮਾ ਮਾਲਿਨੀ ਨੇ ਕਿਹਾ ਕਿ ਕਿਸਾਨਾਂ ਨੂੰ ਇਹ ਨਹੀਂ ਪਤਾ ਕਿ ਇਸ ਕਾਨੂੰਨ ਦੇ ਵਿੱਚ ਹੈ ਕੀ। ਵਿਰੋਧੀ ਕਿਸਾਨਾਂ ਨੂੰ ਹੱਲਾਸ਼ੇਰੀ ਦੇ ਰਹੇ ਨੇ, ਜਿਸ ਤੇ ਧਰਮਸੋਤ ਨੇ ਪਲਟਵਾਰ ਕਰਦਿਆਂ ਕਿਹਾ ਕਿ ਬੀਬੀ ਤੈਨੂੰ ਸਿਰਫ ਫਿਲਮਾਂ ਬਾਰੇ ਪਤਾ ਏ, ਤੈਨੂੰ ਇਹ ਵੀ ਨਹੀਂ ਪਤਾ ਕਿ ਕਣਕ ਦੀ ਬੱਲੀ ਧਰਤੀ 'ਚ ਲੱਗਦੀ ਹੈ ਕਿ ਉੱਪਰ ਲੱਗਦੀ ਹੈ, ਕਿਹੜੇ ਵੇਲੇ ਝੋਨਾ ਲਗਾਇਆ ਜਾਂਦਾ ਏ ਅਤੇ ਕਿਹੜੇ ਵੇਲੇ ਕੱਟਿਆ ਜਾਂਦਾ ਏ। ਹੇਮਾ ਮਾਲਿਨੀ ਨੂੰ ਸਿਰਫ ਫਿਲਮ ਇੰਡਸਟਰੀ ਦਾ ਹੀ ਪਤਾ ਏ, ਖੇਤੀ ਬਾਰੇ ਬਿਲਕੁਲ ਨਹੀਂ ਪਤਾ। ਗੱਲ ਇਹ ਹੈ ਜੀ, ਇਹ ਤਕਰੀਬਨ 40 ਸਾਲ ਤੋਂ ਲੋਕ ਖੱਜਲ ਖੁਆਰ ਹੋ ਰਹੇ ਔਰ ਅਸੀਂ ਸਾਰਾ ਇਹ ਲੇਟ ਜ਼ਰੂਰ ਹੋਇਆ ਕੰਮ, ਪੂਰੇ ਪੈਸਾ 5,50,00,000 ਰੁਪਈਏ ਦੇ ਨਾਲ ਗ੍ਰਿਡ ਚੌਂਕ ਤੋਂ ਲੈ ਕੇ ਲੌਰਾ ਚੌਂਕ ਤੋਂ ਸਾਰੇ ਬਾਜੀਗਰ ਬਸਤੀ ਮੜੀਆਂ ਚੌਂਕ ਤੱਕ ਇਹ ਸਾਰਾ ਗੁਰਦੁਆਰਾ ਸਾਹਿਬ ਤੇ ਤੱਕ ਸਾਰਾ ਇੰਟਰਲੋਕ ਲਾਈਟਾਂ ਇੱਟਾਂ ਲਾ ਕੇ ਔਰ ਦੋਨੋਂ ਪਾਸੇ ਨਾਲੇ ਪੱਟ ਕੇ ਪੈਪਾਂ ਪਾ ਕੇ ਪਾਣੀ ਦੀ ਨਿਕਾਸੀ ਇਹ ਅਸੀਂ ਕਰਨ ਨੂੰ ਜਾ ਰਹੇ ਹਾਂ ਔਰ ਮੈਂ ਸਮਝਦਾ ਕਿ ਅੱਜ ਅਸੀਂ ਇਸ ਦਾ ਨੀਂਹ ਪੱਥਰ ਰੱਖਿਆ, ਇਹਦਾ ਟੈਂਡਰ ਲੱਗ ਚੁੱਕਿਆ, 21 ਤਰੀਕ ਨੂੰ ਟੈਂਡਰ ਖੋਲ੍ਹਣਾ ਹੈ ਔਰ ਕੰਮ ਚਾਲੂ ਹੋ ਜਾਏ। ਮੇਰਾ ਮੈਸੇਜ ਦੇ ਦਿਓ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ, ਮੈਂ ਆਪਣੀ ਇੰਟਰਵਿਊ 'ਚ ਵੀ ਕਿਹਾ ਯਾਰ ਉਹ ਸਾਲ ਸੁਖਬੀਰ ਸਿੰਘ ਬਾਦਲ ਦੀ ਗੱਲ ਤੋਂ ਹਾਸੀ ਵੀ ਆਉਂਦੀ ਹੈ ਅਤੇ ਗੁੱਸਾ ਵੀ ਆਉਂਦਾ ਹੈ। ਗੱਲ ਇਹ ਹੈ ਜਿਹੜੇ ਲੋਕ ਸੁਖਬੀਰ ਸਿੰਘ ਬਾਦਲ ਦੇ ਘਰ ਵਾਲੀ ਬੀਬੀ ਹਰਸਿਮਰਤ ਕੌਰ ਬਾਦਲ ਕੈਬਨਿਟ ਦੇ ਵਿੱਚ ਵਜ਼ੀਰ ਹੋਵੇ, ਸੁਖਬੀਰ ਬਾਦਲ ਮੈਂਬਰ ਪਾਰਲੀਮੈਂਟ ਹੋਵੇ, ਉੱਥੇ ਮੈਂ ਬੈਠ ਕੇ ਵਿੱਚ ਇਹਨਾਂ ਨੇ ਇਹ ਮਤਾ ਪਾਸ ਕਰਾਇਆ ਹੋਵੇ, ਕੈਬਨਿਟ 'ਚ ਪਾਸ ਹੋਇਆ ਹੋਵੇ, ਇਹਨਾਂ ਨੇ ਬੈਠ ਕੇ ਪਾਸ ਕਰਾਇਆ, ਫਿਰ ਅਸੀਂ ਰਿਜੈਕਟ ਕਰ ਰਹੇ ਸੀ ਅਸੈਂਬਲੀ ਦੇ ਵਿੱਚ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਅਸੈਂਬਲੀ 'ਚ ਅਸੀਂ ਰਿਜੈਕਟ ਕਰ ਰਹੇ ਹਾਂ। ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ MLA ਨੂੰ ਲੈ ਕੇ ਬਾਹਰ ਬੈਠਾ, ਕਹਿੰਦੇ ਇਹਦੇ 'ਚ ਕੁਛ ਵੀ ਮਾੜਾ ਨਹੀਂ ਹੈ, ਜੋ ਮੋਦੀ ਸਾਹਿਬ ਬਿੱਲ ਰਹੇ ਨੇ ਕੋਈ ਮਾੜੀ ਚੀਜ਼ ਨਹੀਂ ਹੈ, ਕਾਂਗਰਸ ਵਾਲੇ ਉਈਂ ਰੌਲਾ ਪਾ ਜਾਂਦੇ, ਇਹਨੂੰ ਤਾਂ ਬੋਲਣ ਦਾ ਹੀ ਹੱਕ ਹੈ ਨਹੀਂ ਯਾਰ। ਪਤਾ ਨਹੀਂ ਕਿਉਂ ਲੋਕ ਉਹਦੀ ਸੁਣੀ ਜਾਂਦੇ ਹੋ, ਤੁਸੀਂ ਵੀ ਪਤਾ ਨਹੀਂ ਪ੍ਰੈਸ ਵਾਲੇ ਕਿਉਂ ਦੀ ਸੁਣਦੇ ਹੋ, ਜਿਹਨੇ ਆਪ ਬੈਠ ਕੇ ਕਰਾਇਆ ਉਹਦੀ ਸੁਣੀ ਜਾਂਦੇ ਹੋ, ਨਹੀਂ ਉਹਨੇ ਤੁਹਾਨੂੰ ਪਤਾ ਨਾ ਉਹਨੇ ਬੈਠ ਕੇ ਵਿੱਚ ਕਰਾਇਆ, ਉਹਨੂੰ ਤਾਂ ਬੋਲਣ ਦਾ ਹੱਕ ਹੀ ਹੈ ਨਹੀਂ। ਮੈਂ ਅੱਜ ਤੁਹਾਨੂੰ ਪਤਾ, ਮੈਂ ਇੱਕ ਅਖਬਾਰ 'ਚ ਬਿਆਨ ਵੀ ਦਿੱਤਾ, ਉਹਦਾ ਪੜ੍ਹ ਕੇ, ਬੀਬੀ ਤੈਨੂੰ ਫਿਲਮਾਂ ਤੱਕ ਪਤਾ ਹੈ, ਗੱਲ ਇਹ ਹੈ ਤੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਕਣਕ ਦੀ ਬੱਲੀ ਧਰਤੀ 'ਚ ਲੱਗਦੀ ਹੈ ਕਿ ਉੱਪਰ ਲੱਗਦੀ ਹੈ, ਕਣਕ ਦੇ ਬੂਟੇ ਨਿੰਮ ਜਿੱਡੇ ਹੁੰਦੇ ਆ ਕਿ ਥੱਲੇ ਹੁੰਦੇ ਆ, ਕਿਹੜੇ ਵੇਲੇ ਝੋਨਾ ਲੱਗਦਾ, ਕਿਹੜੇ ਵੇਲੇ ਵੱਢਿਆ ਜਾਂਦਾ। ਭਾਈ ਤੂੰ ਆਪਣੇ ਉੱਥੇ ਆ ਕੰਮ ਫਿਲਮ ਇੰਡਸਟਰੀ ਦਾ ਕਰ, ਇਹ ਤੇਰੇ ਵੱਸ ਦੀ ਗੱਲ ਨਹੀਂ ਹੈ, ਪੰਜਾਬ ਦੇ ਲੋਕਾਂ ਨੂੰ ਪਤਾ, ਪੰਜਾਬ ਦੇ ਕਿਸਾਨਾਂ ਨੂੰ ਪਤਾ, ਜਿਨ੍ਹਾਂ ਨੂੰ ਕਿਸਾਨਾਂ ਨਾਲ ਦਰਦ ਹੈ ਨਾ ਉਹਨੂੰ ਪਤਾ ਇਹ ਬਿੱਲ ਕੀ ਨੇ। ਤੂੰ ਕਹੀ ਜਾਂਦੀ ਹੈ ਵੀ ਕਿਸਾਨਾਂ ਨੂੰ ਪਤਾ ਹੀ ਨਹੀਂ ਕੀ ਬਿੱਲ ਨੇ, ਇਹ ਸਾਰਾ ਪੰਜਾਬ ਪੂਰੇ ਹਿੰਦੁਸਤਾਨ ਦਾ ਕਿਸਾਨ ਅਤੇ ਮਜ਼ਦੂਰ ਇੰਡਸਟਰੀਅਲਿਸਟ ਉੱਥੇ ਇਕੱਠਾ ਹੋਇਆ ਹੈ ਅਤੇ ਸਾਰੇ ਬਿਨਾਂ ਦਿਮਾਗ ਤੋਂ ਬੀਬੀ ਹੇਮਾ ਮਾਲਿਨੀ ਹੋਈ ਗੱਲ ਦਿਮਾਗ ਵਾਲੀ। ਮੈਂ ਤੁਹਾਨੂੰ ਦੱਸਿਆ ਇਹ ਰਲੀ ਮਿਲੀ ਸਾਜਿਸ਼ ਆ, ਇਹ ਬੰਦੇ ਦਾ ਪਹਿਲਾਂ ਹੀ ਸਮਰਥਨ ਕਰਦੇ ਸੀ ਸਰਕਾਰ ਦਾ, ਮੇਰੇ ਕੋਲ ਸਮੇਂ ਸਮੇਂ 'ਤੇ ਲਿਖਿਆ ਆ, ਆਹ ਪੜ੍ਹ ਲਿਓ ਤੁਸੀਂ ਵੀ ਕਦੋਂ ਕਦੋਂ ਕਿਹਨੇ ਕਿੱਥੇ ਕਿੱਥੇ ਦਿੱਤਾ, ਆਹ ਦੇਖੋ ਤੁਸੀਂ ਦੱਸ ਦਿਓ। ਆਹ 4 ਮੈਂਬਰੀ ਕਮੇਟੀ ਜਿਹੜੀ ਆਈ ਆ, ਭੁਪਿੰਦਰ ਸਿੰਘ ਮਾਨ ਇਹ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਹਨ, ਇਹ ਪੰਜਾਬ ਦੇ ਸਾਬਕਾ ਰਾਜ ਸਭਾ ਮੈਂਬਰ ਵੀ ਸਨ, ਇਹ ਖੇਤੀ ਕਾਨੂੰਨਾਂ ਵਿੱਚ ਸੋਧਾਂ ਦੀ ਮੰਗ ਕਰਦੇ, ਇਹਨਾਂ ਕਾਨੂੰਨਾਂ ਦੀ ਹਮਾਇਤ ਕਰ ਰਹੇ ਹਨ। 1 ਸਤੰਬਰ ਨੂੰ ਉਹਨਾਂ ਨੇ ਮੋਦੀ ਨੂੰ ਲਿਖਿਆ ਕਿ ਜਦੋਂ ਉਹਨਾਂ ਨੇ ਨਵੇਂ ਖੇਤੀ ਕਾਨੂੰਨਾਂ ਬਾਰੇ ਪਹਿਲੀ ਵਾਰ ਸੁਣਿਆ ਤਾਂ ਉਹ ਬਹੁਤ ਖੁਸ਼ ਹੋਏ, ਜਿਵੇਂ ਪ੍ਰਿੰਟ ਦੁਆਰਾ ਰਿਪੋਰਟ ਕੀਤਾ ਗਿਆ, ਇਹਦਾ ਹਾਲ ਸੁਣ ਲਓ। ਦੂਜਾ ਆ ਗਿਆ ਪ੍ਰਮੋਦ ਕੁਮਾਰ ਜੋਸ਼ੀ, ਇਹ ਇੱਕ ਖੇਤੀਬਾੜੀ ਅਰਥ ਸ਼ਾਸਤਰੀ ਹਨ, ਇਹਨਾਂ ਨੇ 2014 ਤੋਂ ਵਿੱਤ ਮੰਤਰਾਲੇ ਦੇ ਕਿਸਾਨ ਪੱਖੀ ਬਜਟਾਂ ਦੇ ਪੱਖ ਵਿੱਚ ਕਈ ਬਲੌਗ ਲਿਖੇ ਹਨ, ਉਹ ਵਾਰ ਵਾਰ ਇਸ ਬਾਰੇ ਗੱਲ ਕਰਦੇ ਰਹੇ ਹਨ ਕਿ ਇਸ ਤਰ੍ਹਾਂ ਮੋਦੀ 2020 ਤੱਕ ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰ ਦੇਣਗੇ, ਇਹ ਤਾਂ ਉਹਦੇ ਹੀ ਸੋਹਲੇ ਗਾਉਂਦੇ ਨੇ। ਜੇ ਦੂਜਾ ਗਿਆ ਅਸ਼ੋਕ ਗੁਲਾਟੀ, ਇਹ ਇੱਕ ਖੇਤੀਬਾੜੀ ਅਰਥਸ਼ਾਸਤਰੀ ਹਨ, 1 ਅਕਤੂਬਰ 2020 ਨੂੰ ਗੁਲਾਟੀ ਨੇ ਇੰਡੀਅਨ ਐਕਸਪ੍ਰੈਸ 'ਚ ਲਿਖਿਆ ਸੀ ਕਿ ਕਿਸ ਤਰ੍ਹਾਂ ਨਵੇਂ ਖੇਤੀ ਬਿੱਲ ਸਹੀ ਦਿਸ਼ਾ ਵਿੱਚ ਕਦਮ ਹਨ, ਇੱਕ ਕਦਮ ਹਨ, ਕਹਿੰਦੇ ਸਹੀ, ਉਹ ਤਾਂ ਸਹੀ ਪਹਿਲਾਂ ਹੀ ਕਹਿ ਚੁੱਕੇ ਨੇ। ਫਿਰ ਇਹਨੇ ਲਿਖਿਆ 18 ਮਈ 2020 ਨੂੰ ਉਹਨਾਂ ਨੇ ਲਿਖਿਆ ਸੀ ਕਿ ਕਿਸਾਨੀ ਕਾਨੂੰਨਾਂ ਵਿੱਚ ਪ੍ਰਸਤਾਵਿਤ
सुधार किस तरह किसान की चरोकड़ी मंग पूरी कर रहे हैं। 16 मई को IANS ने रिपोर्ट किया कि उन्होंने केंद्रीय खेतीबाड़ी मंत्रालय में चोन लई मोदी द्वारा विचारिया जा रहा सी। अगे आ गया एक होर चौथा की है मोदी का चेता, अनिल घनावत। ये सेहतकारी संगठन के प्रधान हैं, उन्होंने GM फसलों के पक्ष में अंदोलन की अगवाई की। 30 सितंबर 2020 घनावत ने केंद्र के खेती बिलों लई समर्थन दे प्रदर्शन की अगवाई की। समर्थन दे की रह गया बाकी, कहिंदे बिल की दुध की राखी बिली। इस करके मोदी साहब अज भी जनता को सल्यूट करो, जनता ने जितना है ते वड़े तो वड़े हंकारी अज तक हार दे आए, तो तुसी हारना तय है। नवा तो जगनार सिंह दुलद्दी की रिपोर्ट, चढ़दी कला, टाइम TV।